ਜੇਕਰ ਤੁਸੀਂ ਅੱਖ ਝਮਕੋਗੇ ਤੇ ਮੈਂ ਕਬੂਤਰ ਕੱਟ ਛੱਡਾਂਗਾ। ਔਰ ਕਸਮੀਆਂ ਦਾ ਮੈਂ ਕਹਿੰਦਾ ਕਿ ਜਿਹੜਾ ਦੇਖੇਗਾ ਸਿਰ ਪੱਥਰ ਹੋ ਜਾਏਗਾ। ਜਿਸ ਤਰ੍ਹਾਂ ਦੇ ਛੋਟੇ ਛੋਟੇ ਹੁੰਦੇ ਹਨ, ਸੁਣੀਦਾ ਸੀ ਕਿ ਮੁਗਲ ਖਾਨਦਾਨ ਦੇ ਵਿੱਚ ਜਿਹੜੀਆਂ ਔਰਤਾਂ ਹੁੰਦੀਆਂ ਹਨ, ਉਹ ਬੰਦਾ ਦੱਸੀ ਇਸ ਤਰ੍ਹਾਂ ਦੀਆਂ ਵੀ ਔਰਤਾਂ ਹੁੰਦੀਆਂ ਨੇ ਜਾਂ ਬੱਚੇ ਹੁੰਦੇ ਹਨ। ਹਾਂਜੀ, ਔਰ ਉਸ ਤਰ੍ਹਾਂ ਦੇ ਕਬੂਤਰ ਨੇ ਜਦੋਂ ਪੱਠੀ ਬਾਹਰ ਨਿਕਲਦੀ ਹੈ ਨਾ, ਬੰਦਾ ਕਹਿੰਦਾ ਯਾਰ ਮੇਰਾ ਪਿੱਛੇ 350-400 ਕਬੂਤਰ ਹੋਇਆ, ਜਿਹਨਾਂ 'ਚ 50 ਕਬੂਤਰ ਉਹ ਸਨ ਤਾਂ ਮੈਂ ਬੜੀ ਆਪਣੀ ਜ਼ਿੰਦਗੀ ਲਈ ਤਜਰਬੇ 'ਚ ਬਣਾਏ ਦਾ। ਔਰ ਇਹ ਗੱਲ ਤੁਹਾਨੂੰ ਕਹਿਣ ਲੱਗਾ ਕਿ ਜਦੋਂ ਮਰ ਗਏ ਨੇ ਸਾਰੇ ਹੀ, 350 ਕਬੂਤਰ ਹੋਇਆ ਪਿੱਛੇ, ਫਿਰ ਮੈਂ ਇਹ ਜਿਹੜੇ 35 ਝਾਰੀ ਬਣਾਏ ਨੇ ਨਾ, ਮੈਂ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਜਿਹੜੀ ਉਹਨਾਂ 'ਚ ਕਮੀ ਰਹਿ ਗਈ ਨਾ, ਜਿਹੜੇ ਮਰ ਗਏ ਨੇ ਉਹ ਔਰ ਕਬੂਤਰ ਉਹ ਬਣਾਏ ਨੇ। ਐਂ ਨਹੀਂ ਕੀਤਾ ਕਿ ਐਵੇਂ ਰੱਖ ਲਓ ਅਤੇ ਐਵੇਂ ਰੱਖ ਲਓ ਨਾ, ਜਿਹੜੇ ਕਬੂਤਰ ਧਾਮੀਆਂ 'ਚ 11 ਘੱਟ ਗਏ ਨੇ, ਫਿਰ ਜਿਹੜਾ ਉੱਤੋਂ ਨਿਕਲਿਆ ਨਾ ਸ਼ਾਮ ਨੂੰ, ਉਹ ਹੀ ਰੱਖੇ ਨੇ, ਦੂਜਿਆਂ ਨੂੰ ਨਹੀਂ ਰੱਖਿਆ। ਤੁਹਾਨੂੰ ਯਾਦ ਹੋਣਾ ਚੋਰੀ ਸਾਹਿਬ ਇੱਕ ਦਿਨ 12 ਤੁਹਾਡੇ ਘੱਟੇ, ਮੇਰੇ ਵੀ 9-10 ਘੱਟੇ। ਮੈਂ ਤੁਹਾਨੂੰ ਪੁੱਛਿਆ ਤੁਹਾਨੂੰ ਕਿਹਾ ਕਬੂਤਰ ਨਹੀਂ, ਮੇਰਾ ਕਬੂਤਰ 5-6 ਵਜੇ ਨਿਕਲ ਆਇਆ ਉਦੋਂ ਤੁਹਾਡੇ ਮੋਹਣ, ਔਰ ਉਹ 7:15 ਬੈਠਾ, 5 ਸਾਲ ਨਹੀਂ ਮੋਹਣਾ ਚੁੱਕਦਾ ਹੈ। ਉਹਨਾਂ ਦੇ ਪੱਠੇ ਕਢਾ ਕੇ ਫਿਰ ਇਸ ਤਰ੍ਹਾਂ ਇੱਕ ਮੈਡੀਕਲ ਵਾਲਾ ਕਬੂਤਰ ਸੀ, ਉਹਦਾ ਹੁਣ ਨਾਂ ਸੁਲਤਾਨ ਨਹੀਂ ਰੱਖਿਆ ਤਾ ਜੀ। ਮੈਡੀਕਲ ਤੂੰ ਕੀ ਮਰਾ ਰਹੇ ਸਾਡੇ ਕਹਿਣ ਲੋ ਹੀ ਲੜ ਪਿਆ, ਚਾਹੇ ਉਂਜੀ ਕਬੂਤਰ ਉਹ ਇੱਥੇ ਸਾਡੇ ਹੋਇਆ ਸ਼ੌਕੀ ਮੈਡੀਕਲ ਸਟੋਰ, ਉੱਥੇ ਕਬੂਤਰ ਜਾ ਵੜਿਆ ਨਾਲੀ ਦੇ ਵਿੱਚ, ਉਹੋ ਹੀ ਕਬੂਤਰ ਸਾਡਾ ਆਉਂਦੇ ਜੇਠ 'ਚ ਉਸਤਾਦ ਹਰਾਨਾ ਪਾਦੀਆਂ ਹਨ, 25 ਉਸਤਾਦ ਹਰਾਨਾ, ਉਹ ਕਬੂਤਰ ਪਾਉਣੇ 8-8 ਵਜੇ ਬੈਠਾ। ਔਰ ਕਿਹੜੀ ਸ਼ੇਰ ਵਿੱਚ ਸੀ ਉਹ? ਜਿਸ ਵੇਲੇ ਕਦੀ ਕੋਈ ਜ਼ਰੂਰਤ ਪਈ ਉਹਨਾਂ ਕੋਲ, ਇਮਤਿਆਜ਼ ਸਾਹਿਬ ਕੋਲ ਵੀ ਬਹੁਤ ਅੱਛੇ ਕਬੂਤਰ ਨੇ, ਜਿਸ ਵੇਲੇ ਵੀ ਕੋਈ ਜ਼ਰੂਰਤ ਪਈ ਫਿਰ ਉਹਨਾਂ ਕੋਲ ਜਾਣ। ਬਲੋਜੂ ਦਾ ਇੱਕ ਉਹਨਾਂ ਨੂੰ ਬਚਾ ਦਿੱਤਾ, ਉਹ ਮੇਰੇ ਕੋਲ ਉੱਡਿਆ ਨਾ, ਜਿਸ ਵੇਲੇ ਸਾਫ ਚੜਾਜ ਵੀ ਰਹਿ ਗਏ, ਉਹ ਸਲਾਮ ਦੋਹਾਂਗੀ ਉਹਨਾਂ ਨਾਲ। ਉਹਨਾਂ ਨੂੰ ਮੈਂ ਇੱਕ ਜਿਹੜੇ ਸਾਡੇ ਕਾਲੇ ਮੂੰਹ ਵਾਲੇ ਕਬੂਤਰ ਹਨ ਬਥੇਰੇ, ਉਹਨਾਂ 'ਚ ਇੱਕ ਪੱਠਾ ਦਿੱਤਾ, ਮੈਂ ਕਿਹਾ ਲਓ ਇਹਨਾਂ ਨੂੰ ਜਿਹੜਾ ਨਾ ਮਤਲਬ ਸਾਡੇ ਕੋਲ ਤੋਹਫਾ ਹੈ ਤੁਹਾਨੂੰ। ਉਹਨਾਂ ਆਪਣੇ ਬਲੋਜੂ ਦੀ ਪੱਠੀ ਲਾ ਕੇ ਮੈਨੂੰ 2 ਬੱਚੇ ਭੇਜੇ ਨੇ ਸ਼ਾਹਪੁਰ ਛੋਟੇ ਜੇਠ ਦੇ ਵਿੱਚ, ਲਾ ਇਲਾਹੇ ਜਿੱਦਾਂ ਮੁਹੰਮਦ ਰਸੂਲ ਆ ਵੱਡੇ ਰਹਿੰਦੇ ਹਨ 2-3 ਵਜੇ, ਅਤੇ ਉਹ ਸ਼ਾਹਪੁਰ ਛੋਟੇ ਨਾਲ 2-3 ਵਜੇ ਬਹਿੰਦੇ ਹਨ। ਔਰ ਜਦੋਂ ਜੇਠ ਹੋਇਆ ਮੇਰੇ ਕੋਲ ਜਿਹੜੀ ਮਰਜ਼ੀ ਕਸਮ ਚਲਾ ਲਓ ਦੋਵੇਂ ਭਰਾ ਵਜੇ ਦੇ ਬਾਹਰ ਰਹਿ ਜਾਂਦੇ। ਹਾਂਜੀ, ਟੈਂਪਰੇਚਰ ਅਤੇ ਫਿਰ ਪ੍ਰਵਾਜ਼ ਅਤੇ ਰਾਤ ਬਾਅਦ ਪ੍ਰਵਾਜ਼ ਹੀ ਨਹੀਂ ਪੂਰੀ ਗਰਮੀ ਜੀ, ਅਤੇ ਮੈਂ ਰਾਤੀ ਜਿਹੜਾ ਇੱਥੇ ਚੰਦ ਕਬੂਤਰ ਬਾਅਦ ਸਾਨੂੰ ਉਹਨਾਂ ਕੋਲ ਲੱਭਣ ਵੀ ਜਾਂਦਾ ਹਾਂ, ਕਬੂਤਰ ਤਾਂ ਨਹੀਂ ਸਾਡਾ ਸਵੇਰੇ ਆ ਜਾਂਦਾ। ਜਿਸ ਤਰ੍ਹਾਂ ਦੇ ਤੁਸੀਂ ਕਿਹਾ ਨਾ ਵਿੱਚੋਂ ਟੈਡੀ ਨਿਕਲਦੇ ਨੇ ਨਾ ਗਾੜੇ, ਜਦੋਂ ਮੈਂ ਚੋਰੀ ਸਾਹਿਬ ਦੇ ਪਹਿਲੀ ਕਬੂਤਰ ਵੇਖੇ ਨੇ ਤੇ ਮੈਂ ਉਹਨਾਂ ਕਿਹਾ ਕਿ ਇਹ ਟੈਡੀ ਨੇ, ਸਾਡੇ ਬੜੇ ਕੱਲੇ ਕਹਿੰਦੇ ਮਾਸ਼ਾਅੱਲਾ, ਮੈਂ ਕਿਹਾ ਜੇਕਰ ਇਹ ਟੈਡੀ ਨੇ ਤਾਂ ਸਾਡੇ ਕਿਹੜੇ, ਸਾਡੇ ਕੋਲ ਪਹਿਲਾਂ ਦੇ ਨੇ ਤੁਹਾਡੇ ਕੋਲ ਬਾਅਦ ਸ਼ੁਰੂ ਹੋਏ। ਕੁਝ ਦਿਨ ਪਹਿਲਾਂ ਕੁਝ ਚਿਰ ਪਹਿਲਾਂ ਉਸਤਾਦ ਹਰਾਨੇ ਬੈਠੇ ਸਨ ਸ਼ੌਕ ਕਰਨ ਵਾਸਤੇ, ਕਿਹੜੇ ਦੋਸਤ ਯਾਰ ਸਨ ਆਪਣੇ ਸਿਆਲਪੁਰ ਦੇ,
ਸਿਆਲਕੋਟ ਦੇ ਕੋਈ ਦੋਸਤ ਯਾਰ ਸਨ, ਉਹਨਾਂ ਕੋਲ ਬੈਠੇ ਕਿਤੇ ਸ਼ੋਕ ਕਰਦੇ ਹਨ, ਦੋ ਪੱਠੀਆਂ ਕਿਸੇ ਬੰਦੇ ਸਿਆਲਕੋਟ ਦੇ ਭਰਾ ਨੇ ਵਿਖਾਈਆਂ ਨੇ ਇਹਨਾਂ ਨੂੰ, ਉਹ ਦੇਖੀਆਂ ਉਸਤਾਦ ਨਾਲ ਪੱਠੀਆਂ, ਅਤੇ ਉਸਤਾਦ ਉਹਨਾਂ ਨੇ ਆਖਿਆ ਕਿ ਯਾਰ ਇਹ ਤਾਂ ਬਟੇਰੀਆਂ ਕਬੂਤਰੀਆਂ ਨੇ, ਯਾਨੀ ਕਿ ਹੁਣ ਤੁਹਾਡੇ ਸਾਹਮਣੇ ਸਿਆਲਕੋਟ ਹੀ ਕਬੂਤਰ ਤੁਹਾਡੇ ਹੱਥ 'ਚ ਬਣਾਈ ਹੈ, ਤੁਹਾਡੀ ਉਮਰ ਗੁਜ਼ਰ ਗਈ ਹੈ, ਤੁਸੀਂ ਦੇਖ ਕੇ ਉਸੇ ਵੇਲੇ ਕਹਿਣਾ ਯਾਰ ਇਹ ਬਟੇਰੇ ਨੇ ਜਾਂ ਜੋਮਸ ਨੇ ਨਹੀਂ ਜਾਂ ਇਹ ਗਲੋਦੂ ਨੇ ਜਾਂ ਫਲਾਣੇ ਨੇ, ਠੀਕ ਹੈ। ਉਹ ਉਸਤਾਦ ਉਹਨਾਂ ਨੇ ਇੰਨੀ ਗੱਲ ਕੀਤੀ ਹੈ ਕਿ ਇਹ ਕਬੂਤਰ ਜਿਹੜੇ ਨੇ ਲੋਕ ਅੱਜ ਕੱਲ੍ਹ ਦੁਬਈ ਦੇ ਵਿੱਚ ਯਾਨੀ ਕਿ ਗਲਫ ਮੁਲਕ ਦੇ ਵਿੱਚ ਇਹਨਾਂ ਕਬੂਤਰਾਂ ਨੂੰ ਲੋਕ ਟੈਡੀ ਬਣਾ ਬਣਾ ਕੇ ਡਾਲ ਲੱਗੇ ਨੇ, ਠੀਕ ਹੈ। ਅਤੇ ਉਹ ਬੜਾ ਮਸਲਾ ਜਿਹੜਾ ਨਾ ਇਹਦੇ ਵਿੱਚ ਨਹੀਂ, ਉਹ ਤਾਂ ਅਸੀਂ ਵੀਜ਼ਾ ਲੈ ਕੇ ਜਾਣਾ, ਕਿਸੇ ਨੇ ਸਾਨੂੰ ਕੀ ਰੱਖਣਾ, ਪੱਗ ਸੱਚ ਦੀ ਮਾਰ ਨਹੀਂ ਦੁਬਈ ਦੀ ਮਾਰ ਦਾ ਕੋਈ, ਲੇਕਿਨ ਇਹ ਮੈਨੂੰ ਅੱਜ ਬੜਾ ਮਜ਼ਾ ਆਇਆ ਤੁਹਾਡੀ ਗੱਲ ਸੁਣ ਕੇ ਕਿ ਚੌਧਰੀ ਸਗੀ ਸਾਹਿਬ ਕੋਲ ਤੁਹਾਨੂੰ ਕਬੂਤਰ ਵੇਖ ਕੇ ਅਤੇ ਉਹਨਾਂ ਆਖਿਆ ਜੀ ਇਹ ਸਾਡੇ ਪਿਆਰੀ ਨੇ, ਤੁਸੀਂ ਕਿਹਾ ਫਿਰ ਤੁਹਾਡੇ ਕਿਹੜੇ ਨੇ, ਸਿਆਲਕੋਟ ਦੇ ਬਜ਼ੁਰਗ ਕਬੂਤਰਬਾਜ਼। ਔਰ ਮੈਂ ਸਮਝਣਾ ਕਿ ਕਬੂਤਰਬਾਜ਼ ਹੁੰਦਾ ਬੰਦਾ ਜਿਹੜਾ ਕੰਪੀਟੀਸ਼ਨ ਉਡਾਉਂਦਾ ਹੈ ਔਰ ਚੈਂਪੀਅਨ ਬਣਦਾ, ਚੈਂਪੀਅਨ ਨੇ ਇਸ ਟਾਈਮ ਅਸੀਂ ਬੈਠੇ ਹਾਂ ਇਹਨਾਂ ਦੇ ਕੋਲ, ਔਰ ਇਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਸਿਆਲਕੋਟ ਕਬੂਤਰ, ਮੈਂ ਕੁਦਰਤੀ ਘਲੋਦੂ ਕਬੂਤਰਾਂ ਦਾ ਜ਼ਿਕਰ ਕੀਤਾ ਅਤੇ ਉਹਦੇ ਵਿੱਚੋਂ ਇਹ ਗੱਲ ਨਿਕਲ ਆਈ ਕਿ ਟੈਡੀਆਂ ਦਾ ਕਨੈਕਸ਼ਨ ਜਿਹੜਾ ਘਲੋਦੂਆਂ ਦੀ ਹੈ, ਅਤੇ ਘਲੋਦੂ ਟੋਟਲ ਸਿਆਲਕੋਟ ਕਬੂਤਰ ਨੇ। ਔਰ ਉਹ ਘਾ ਇਹਨਾਂ ਦੇ ਜਿਹੜੇ ਦੋਸਤ ਜਿਹਨਾਂ ਦਾ ਤੁਸੀਂ ਨਾਂ ਲਿਆ, ਕੀ ਨਾਂ ਲਿਆ ਪ੍ਰੋਫੈਸਰ ਇਮਤਿਆਜ਼ ਸਾਹਿਬ ਦੇ ਕਬੂਤਰ ਸਨ ਘਲੋਦੂ, ਇਹ ਮੇਰੇ ਕੋਲ ਬਿਲਕੁਲ ਗੱਲ ਹੈ ਸੀ, ਔਰ ਇਹਨਾਂ ਕੋਲ ਵੀ ਉਹ ਪਰ ਹੈ ਇਹ ਘਲੋਦੂ। ਔਰ ਸ਼ੇਖ ਸਾਹਿਬ ਨੇ ਜਦੋਂ ਚੌਧਰੀ ਸਗੀ ਦੇ ਕਬੂਤਰ ਦੇਖੇ, ਉਹਨਾਂ ਕਹਿੰਦੀ ਆ ਸਾਡੇ ਟੈਡੀ ਕਬੂਤਰ ਨੇ, ਅਤੇ ਸ਼ੇਖ ਸਾਹਿਬ ਨੇ ਕਿਹਾ ਕਿ ਜੇ ਤੁਹਾਡੇ ਟੈਡੀ ਨੇ ਤਾਂ ਫਿਰ ਸਾਡੇ ਘਲੋਦੂ ਕੀ ਨੇ, ਯਾਨੀ ਕਿ ਇਹਦੇ ਤੋਂ ਇਹ ਗੱਲ ਪੱਕੀ ਸਾਬਤ ਹੈ ਕਿ ਚੌਧਰੀ ਵਾਲੇ ਟੈਡੀ ਕਬੂਤਰਾਂ ਦੇ ਵਿੱਚ ਸਿਆਲਕੋਟੀ ਕਬੂਤਰਾਂ ਦਾ ਪਰ ਹੈ ਏ, ਉਹ ਭਾਵੇਂ ਘਲੋਦੂਆਂ ਦਾ, ਉਹ ਭਾਵੇਂ ਕਾਲੇ ਮੂੰਹ ਵਾਲਿਆਂ ਦਾ, ਲੇਕਿਨ ਪਰ ਹੈ। ਸਿਆਲਕੋਟ ਦੇ ਵਿੱਚ ਕਬੂਤਰ ਬਟੇਰੇ ਹੈ ਨੇ, ਅਤੇ ਇਹ ਸਾਡੇ ਕੋਲ ਬਜ਼ੁਰਗ ਉਸਤਾਦ ਬੈਠੇ ਨੇ ਸ਼ੇਖ ਅਫਜ਼ਲ ਸਾਹਿਬ, ਇਹਨਾਂ ਦੇ ਕਬੂਤਰਾਂ ਤੋਂ ਵੱਡੇ ਕਬੂਤਰ ਕੋਈ ਨਹੀਂ, ਕਿਉਂਕਿ ਮੈਂ ਕਾਫੀ ਦੇਰ ਦਾ ਸੁਣਨਾ ਪਿਆ ਕਿ ਸ਼ੇਖਾਂ ਵਾਲੇ ਬਟੇਰੇ, ਸ਼ੇਖ ਸਾਹਿਬ ਵਾਲੇ ਬਟੇਰੇ, ਸ਼ੇਖਾਂ ਵਾਲੇ ਬਟੇਰੇ, ਸ਼ੇਖ ਸਾਹਿਬ ਵਾਲੇ ਬਟੇਰੇ, ਇਹ ਉਹ ਹਸਤੀ ਨੇ ਜਿਨ੍ਹਾਂ ਦੇ ਕੋਲ ਅੱਜ ਮੈਂ ਕਾਫੀ ਦੇਰ ਬਾਅਦ ਉਹਦੀ ਚੋਈ ਮੋਹਿਨਵਾਲ ਸਾਹਿਬ ਦੀ ਵਜ੍ਹਾ ਨਾਲ ਇੱਥੇ ਆ ਕੇ ਤੁਹਾਨੂੰ ਸ਼ਫਕਤ ਸ਼ਰਫ ਹਾਸਲ ਹੋਇਆ, ਜਿਹਨਾਂ ਮੇਰਾ ਨਾਲ ਮਿਲਣ ਦਾ ਮੁਲਾਕਾਤ ਕੀਤੀ ਹੈ। ਔਰ ਟੈਡੀ ਕਬੂਤਰਾਂ ਦਾ ਕਨਕਲੂਜਨ ਵੀ ਇਹ ਦੂਰ ਹੋ ਗਿਆ, ਉਹ ਟੈਡੀ ਜਿਹੜੇ ਕਬੂਤਰ ਨਾਲ ਜੀ ਉਹਨਾਂ ਦਾ ਵੀ ਮਸਲਾ ਹੱਲ ਹੋ ਗਿਆ, ਟੈਡੀ ਭਾਈ ਸਿਆਲਕੋਟੀ ਨੇ, ਸਿੱਧੀ ਗੱਲ ਹੈ, ਭਾਵੇਂ ਹੁਣ ਦੁਬਈ ਜਾਈਏ ਤਾਂ ਭਾਵੇਂ ਨਾਲ ਜਾਈਏ। ਬਹੁਤ ਅੱਛਾ ਰਿਜ਼ਲਟ ਹੋਏਗਾ, ਭਾਵੇਂ ਕਸੂਰੀ ਹੋਏ ਭਾਵੇਂ ਨਵਰਦਾ ਹੋਏ, ਹੋਵੇ ਅੱਛਾ ਅੱਛਾ ਹੋਵੇ ਫਿਰ ਬੜਾ ਛੱਡਦਾ। ਅਸੀਂ ਲੋਕ ਕਬੂਤਰ ਕ੍ਰਾਸ ਦਾ ਪਸੰਦ ਨਹੀਂ ਕਰਦੇ, ਕਈ ਬੰਦੇ ਕਹਿੰਦੇ ਕ੍ਰਾਸ ਦਾ ਨਹੀਂ ਅੱਛਾ, ਲੇਕਿਨ ਯਕੀਨ ਕਰੋ ਕਬੂਤਰ ਬਣਦੇ ਹੀ ਕ੍ਰਾਸ 'ਚ, ਕਬੂਤਰ ਬਣਦੇ ਹੀ ਕ੍ਰਾਸ 'ਚ। ਮੈਂ ਕਦੇ ਨਹੀਂ ਕਿਹਾ ਕਿ ਜੀ ਇਹ ਮੇਰਾ ਹੀ ਹੈ, ਜਿੱਥੋਂ ਗੌਰੀ ਸਾਹਿਬ ਹੋਣੀ 10 ਸਾਲ ਦਾ ਨਹੀਂ ਮਿਲੇ ਨੇ, ਇਹਨਾਂ ਨੂੰ ਕਿਹਾ ਜੀ ਤੁਸੀਂ ਬੱਚੇ ਭੇਜੇ, ਸਾਡਾ ਜੀ ਦਮਾਨ ਸਾਹਿਬ ਨੂੰ ਫੈਸਲਾ ਕਰ, ਮੁੰਡੇ ਬੱਚਾ ਨੂੰ ਭੇਜਿਆ ਨਾ, ਔਰ ਬਹੁਤ ਅੱਛਾ ਰਿਜ਼ਲਟ ਹੈ। ਹਾਂਜੀ ਗੌਰੀ ਸਾਹਿਬ, ਮੈਂ ਕਬੂਤਰ ਜਿਹੜਾ ਮੇਰਾ ਘਰ ਵਿੱਚ ਬੈਠਾ ਸੀ, ਮੈਂ ਉਹਦੇ ਨਾਲ ਲਾਗੀ ਸੀ ਮਾਂ ਦੀ ਪੱਟੀਆਂ ਪੱਠੀਆਂ ਝਾੜ ਕਢਾਇਆ ਉਹਨਾਂ ਨੇ, ਬਹੁਤ ਅੱਛਾ ਰਿਜ਼ਲਟ ਹੈ ਉਹਨਾਂ ਦਾ। ਇਹਨਾਂ ਦੇ ਘਰ ਦੀ ਇੱਕ ਕਬੂਤਰੀ ਫੈਸਲਾਬਾਦ ਹੀ ਹੁੰਦੀ ਹੈ ਨਾ ਜਮਾਨ ਕੋਲ, ਜਿਹੜੀ ਫੌਜ ਜਿਹੜੀ